ਜਿਹਨੂੰ ਆਪਾਂ ਚੌਥਾ ਗੇਅਰ ਕਹਿ ਦਿੰਦੇ ਆ, ਜਿਹੜੀ ਚੌਥਾ ਗੇਅਰ ਪਾ ਕੇ ਡਬਲ ਲੋ ਲਾ ਕੇ ਆਰਾਮ ਨਾਲ ਤੂੜੀ ਵਾਲੀ ਦੀ ਵਧੀਆ ਖਿਚਾਈ ਕਰਦਾ। ਵਾਲੇ ਵੀਰਾਂ ਵੀ ਲੈ ਕੇ ਆਏ ਆ, ਕਿਉਂਕਿ ਕਾਫੀ ਡਿਮਾਂਡ ਆ ਰਹੀ ਸੀਗੀ ਇੰਡੋ ਫਾਰਮ ਦੀ ਵੀਡੀਓ ਪਾਓ। ਤੁਸੀਂ ਬੇਝਿਜਕ ਹੋ ਕੇ ਇੰਡੋ ਫਾਰਮ ਲੈ ਸਕਦੇ। ਲਓ ਜੀ, ਸਾਰੇ ਕਿਸਾਨ ਵੀਰਾਂ ਦਾ ਸਵਾਗਤ ਆ ਆਪਣੇ ਚੈਨਲ ਤੇ ਕਿਸਾਨ ਟੈਕਨੀਕਲ ਤੇ। ਤੇ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਏ ਆ ਇੰਡੋ ਫਾਰਮ ਤੇ ਇੰਡੋ ਆਪਣੇ ਤੇ ਉਹਦੀ ਪਰਫਾਰਮੈਂਸ ਦੀ ਵੀਡੀਓ ਦਿਖਾ ਰਹੇ ਆ ਜੀ। ਹਾਂਜੀ, ਕਿਵੇਂ ਹੋ ਸਾਰੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ, ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਹਾਂ ਇੰਡੋ ਫਾਰਮ ਦੀ ਲੈ ਕੇ ਆਏ ਹਾਂ, 30-65 ਦੀ DIG ਵੀਡੀਓ ਲੈ ਕੇ ਆਏ ਹਾਂ। ਅਤੇ ਜੇ ਮੈਂ ਇਹ ਟਰੈਕਟਰ ਦੀ ਗੱਲ ਕਰਾਂ ਕਿਸਾਨ ਵੀਰੋ, 60 HP ਦਾ ਟਰੈਕਟਰ ਆ ਇਹ, 60-65 HP ਪ੍ਰੋਡਿਊਸ ਕਰਦਾ ਇੰਜਣ, 4 ਸਿਲੰਡਰ ਇੰਜਣ ਆ ਇਹ, 105 ਦੇ ਪਿਸਟਮਾਂ ਨਾਲ ਆ ਇਹ। ਜਿਹੜੀ ਇਹਦਾ ਬੋਰ ਆ 105 ਦਾ ਅਤੇ ਸਟੋਕ ਹੈਗੀ 118 ਦੀ ਅਤੇ ਜੱਗੀ ਵਾਲਿਆਂ ਦਾ ਸਟਾਰ ਰਿਪਰ ਆ। ਲਓ ਜੀ, ਟਰੈਕਟਰ ਪੂਰੀ ਵਧੀਆ ਪਰਫੋਰਮੈਂਸ ਦੇ ਰਿਹਾ। ਬਾਕੀ ਤੁਸੀਂ ਲਾਣ ਦੇਖ ਲਓ, ਲਾਣ ਵੀ ਠੀਕ ਆ ਅਤੇ 4 ਸਿਲੰਡਰ ਆ ਇੰਡੋ ਫਾਰਮ 30-65 DI। ਅਤੇ ਇਹ ਟਰੈਕਟਰ ਨੂੰ ਜਿਹੜਾ 16 ਦੇ ਟਾਇਰ ਨੇ ਪਿੱਛੇ, ਅਗਲੇ ਟਾਇਰ ਹੈਗੇ ਨੇ 7/50-16 ਦੇ। ਬਾਕੀ ਟਰੈਕਟਰ ਦੀ ਪਰਫੋਰਮੈਂਸ ਚੈੱਕ ਕਰੋ, ਕੋਈ ਧੂੰਆਂ ਨਹੀਂ ਹੈਗਾ ਟਰੈਕਟਰ ਦੇ ਵਿੱਚ, ਕੋਈ ਲੈਗ ਨਹੀਂ ਹੈਗਾ ਟਰੈਕਟਰ ਦੇ ਵਿੱਚ, ਪੂਰੀ ਵਧੀਆ ਪਰਫੋਰਮੈਂਸ ਦਿੰਦਾ। ਬਾਕੀ ਰੀਪਰ ਆ ਜਿਹੜਾ, ਰੀਪਰ ਜੱਗੀ ਵਾਲਿਆਂ ਦਾ ਸਟਾਰ ਰੀਪਰ ਆ, ਪਿੱਛੇ ਤੂੜੀ ਵਾਲੀ ਟਰਾਲੀ ਤੁਸੀਂ ਦੇਖ ਲਓ। ਮੈਂ ਕਹਿੰਦਾ ਵੀ ਬਹੁਤ ਘੱਟ ਟਾਈਮ ਲਾਉਂਦਾ, ਸਾਈਲੈਂਟ ਚੱਲਦਾ, ਕਿਤੋਂ ਆਵਾਜ਼ ਨਹੀਂ ਹੈਗੀ। ਬਾਕੀ ਤੋਰਾ ਦੇਖੋ ਤੁਸੀਂ, ਇਹਨੂੰ ਕੋੜਾ ਗੇਅਰ ਲਵਾਇਆ ਹੋਇਆ। ਲਓ ਜੀ, ਪੂਰਾ ਮਾਲ ਅੰਦਰ ਜਾਂਦਾ ਹੁਣ, ਬਾਕੀ ਤੁਹਾਨੂੰ ਦਿਖਾ ਵੀ ਦਿੰਦੇ ਹਾਂ। ਟਰੈਕਟਰ ਦਾ ਜਿਹੜਾ ਖਰਚਾ ਹੈ ਉਹ ਘੱਟ ਆ ਅਤੇ ਕੀਮਤ ਵੀ ਘੱਟ ਆ, ਵਧੀਆ ਪਰਫੋਰਮੈਂਸ ਆ ਟਰੈਕਟਰ ਦੀ। ਬਾਕੀ ਅੱਗੇ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ, ਅਗਲੀ ਟਰਾਲੀ ਜਦੋਂ ਆਪਾਂ ਭਰਾਂਗੇ ਆਪਾਂ ਟਾਈਮ ਨੋਟ ਕਰਾਂਗੇ ਵੀ ਕਿੰਨੇ ਟਾਈਮ 'ਚ ਟਰਾਲੀ ਭਰਦਾ। ਬਾਕੀ ਲਾਣ 'ਤੇ ਵੀ ਡਿਪੈਂਡ ਕਰਦਾ, ਲਾਣ ਤੁਸੀਂ ਦੇਖ ਹੀ ਸਕਦੇ ਹੋ, ਠੀਕ ਠਾਕ ਲਾਣ ਆ, ਭਾਰਾ ਹੀ ਲਾਣ ਆਪਾਂ ਕਹਿ ਸਕਦੇ ਹਾਂ। ਕਣਕ ਥੱਲਿਓਂ ਵੱਢੀ ਹੋਈ ਆ, ਕਿਉਂਕਿ ਟੇਢੀ ਹੋਈ ਹੋਈ ਸੀਗੀ ਕਣਕ, ਥੱਲਿਆਂ ਵੱਢੀ ਹੋਈ। ਆਵਾਜ਼ ਦੇਖ ਲਓ ਟਰੈਕਟਰ ਦੀ, ਆਵਾਜ਼ 'ਚ ਕੋਈ ਫਰਕ ਨਹੀਂ ਪੈ ਰਿਹਾ। ਆਮ ਟਰੈਕਟਰਾਂ ਦੀ ਆਵਾਜ਼ 'ਚ ਫਰਕ ਪੈ ਜਾਂਦਾ, ਲਾਟ ਮਾਰਦਾ ਉੱਪਰੋਂ ਧੂੰਆਂ ਮਾਰਦਾ ਟਰੈਕਟਰ। ਅਤੇ ਜੇ ਆਪਾਂ ਗੇਅਰ ਸਪੀਡ ਦੀ ਗੱਲ ਕਰੀਏ ਟਰੈਕਟਰ ਦੇ ਵਿੱਚ, 8ਵਾਂ ਫੋਰਵਰਡ ਗੇਅਰ ਨੇ, 2 ਰਿਵਰਸ ਨੇ ਟਰੈਕਟਰ ਦੇ, ਅਤੇ ਆਲ ਡਿਸਕ ਬ੍ਰੇਕ ਨੇ ਟਰੈਕਟਰ ਦੇ। ਸਿੱਧੇ ਐਕਸਲਾਂ 'ਚ ਟਰੈਕਟਰ ਆ ਇਹ, ਜਿਹਨੂੰ ਆਪਾਂ ਬੁੱਲ ਗੇਅਰ ਕਹਿ ਦਿੰਦੇ ਹਾਂ। ਸਿੱਧੀਆਂ ਟਿਊਬਾਂ 'ਚ ਐਕਸਲ ਲੱਗੇ ਹੋਏ ਨੇ, 16 ਦੇ ਟਾਇਰ ਨੇ ਟਰੈਕਟਰ ਦੇ। ਪਾਵਰ ਸਟੀਅਰਿੰਗ ਟਰੈਕਟਰ ਆ, 30-65 ਇੰਡੋ ਫਾਰਮ ਆ, ਬੜਾ ਟਰੈਕਟਰ ਆ, 60 HP ਦਾ ਟਰੈਕਟਰ ਆ ਇਹ, 65 HP ਜਿਹੜਾ ਕੰਪਨੀ ਮੈਂਸ਼ਨ ਕਰਦੀ ਆ, 60-65 HP ਦੀ ਕੈਟਾਗਰੀ 'ਚ ਆਉਂਦਾ, ਕਾਫੀ ਵਧੀਆ ਟਰੈਕਟਰ ਆ। ਅਤੇ ਬਾਕੀ ਤੂੜੀ ਵਾਲਾ ਰਿਪਰ ਦੇਖ ਲਓ, ਜੱਗੀ ਵਾਲਿਆਂ ਦਾ ਤੂੜੀ ਵਾਲਾ ਸਟਾਰ ਰਿਪਰ। ਲਓ ਜੀ, ਅੱਜ ਦੀ ਜਿਹੜੀ ਇਹ ਵੀਡੀਓ ਆਪਾਂ ਸਪੈਸ਼ਲ ਇੰਡੋ ਫਾਰਮ ਵਾਲੇ ਵੀਰਾਂ ਦੀ ਲੈ ਕੇ ਆਏ ਹਾਂ, ਕਿਉਂਕਿ ਕਾਫੀ ਡਿਮਾਂਡ ਆ ਰਹੀ ਸੀਗੀ ਇੰਡੋ ਫਾਰਮ ਦੀ ਵੀਡੀਓ ਪਾਓ। ਤੁਸੀਂ ਬੇਝਿਜਕ ਹੋ ਕੇ ਇੰਡੋ ਫਾਰਮ ਲੈ ਸਕਦੇ ਹੋ, ਤੂੜੀ ਵਾਲੀ ਰਿਪਰ 'ਤੇ ਕਾਫੀ ਵਧੀਆ ਖਿਚਾਈ ਕਰਦਾ, ਅਤੇ ਰੇਟ ਵੀ ਟਰੈਕਟਰ ਦਾ ਘੱਟ ਆ, ਕੀਮਤ ਵੀ ਘੱਟ ਆ, ਅਤੇ ਜ਼ਿਮੀਂਦਾਰ ਬਚ ਸਕਦਾ, ਕਿਸਾਨ ਵੀਰ ਬਚ ਸਕਦਾ, ਘੱਟ ਰੇਟ 'ਚ ਵਧੀਆ ਪਾਵਰ ਦਾ ਟਰੈਕਟਰ ਲੈ ਸਕਦਾ। ਇੰਡੋ ਫਾਰਮ ਇੱਕ ਵਧੀਆ ਆਪਸ਼ਨ ਆ। ਬਾਕੀ ਟਰੈਕਟਰ ਤਿਆਰ ਹੋਇਆ, ਅੱਗੇ ਬੰਪਰ ਲੱਗਿਆ ਹੋਇਆ, ਹੈਵੀ ਬੰਪਰ ਆ, ਸਾਈਡ ਗੇਅਰ ਟਰੈਕਟਰ ਆ ਇਹ। ਬਾਕੀ ਤੁਹਾਨੂੰ ਉੱਪਰ ਜਾ ਕੇ ਮੈਂ ਦਿਖਾਉਣਾ RPM ਕਿੰਨੇ ਡਰੌਪ ਕਰਦਾ ਟਰੈਕਟਰ। ਲਓ ਜੀ, ਜਿਹੜਾ ਹੁਣ ਆਪਾਂ ਦਿਖਾਉਣ ਜਾ ਰਹੇ ਹਾਂ, ਜਿਹੜਾ ਟਰੈਕਟਰ ਚੱਲਦਾ, ਇਹ ਟਰੈਕਟਰ ਚੱਲ ਰਿਹਾ ਆਪਣਾ, ਅਤੇ ਇੱਧਰੋਂ ਹਾਈ 'ਚ ਚੱਲ ਰਿਹਾ, ਪਹਿਲੇ ਹਾਈ 'ਤੇ ਥੱਲਿਓਂ ਜਿਹੜਾ ਗੇਅਰ, ਘੋੜਾ ਗੇਅਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਲੋ 'ਚ ਆ, ਯਾਨੀ ਕਿ ਪਹਿਲੇ ਹਾਈ 'ਤੇ ਥੱਲਿਓਂ ਘੋੜਾ ਗੇਅਰ ਲੋ 'ਚ ਚੱਲ ਰਿਹਾ। ਅਤੇ ਇੱਕ 'ਚ ਹੋਰ ਆਪਸ਼ਨ ਆ ਇੰਡੋ ਫਾਰਮ 'ਚ, ਹੁਣ ਜਿਵੇਂ ਗੇਅਰ ਲਵਾਉਣ ਨਾਲ, ਜਿਵੇਂ ਆਪਾਂ 4 ਸਪੀਡ ਕਰਿਆ ਹੋਇਆ ਟਰੈਕਟਰ ਇਹਦੇ ਵਿੱਚ ਆਪਾਂ ਟਾਪ ਗੇਅਰ ਪਾ ਕੇ
जिन्हों आप चौथा गेयर कह दें, जी चौथा गेयर पा के डबल लो ला के आराम ना तूड़ी वाली की वधिया खिचाई करता। 53 इंची रिपर आ, जग्गी वाले का स्टार रिपर आ, काफ़ी वधिया खिचाई आ ट्रैक्टर की, जाने की पूरी वधिया परफॉर्मेंस दिता है। गेयर ना 0 RPM ड्रॉप करता, 1400 चक्कर से सैट कराया हो पूरा, तो 1400 तो जमें ही नहीं चक्कर तोड़ता, 50 चक्कर तोड़ता जे लाना जिमें गिला गुला लाना, जिमें हम अच थोड़ा बहुत नरमाई आ लाने ढेरी ढूरी आ जाए, 50 चक्कर तोड़ता। गेयर की जोड़ा गेयर लवाया हो क्लच नहीं देना पैंता, इस इन्ना क फायदा हो जाता, क्लच बहुत घट देना पैंता मामूली जिते ढेरी लगी होंगी है। आदि हूँ ढेर लग्या होया जिते आप दाने दूने पाने उत्थे क्लच देना पैंता, गेयर की ऑप्शन बच जाती है ट्रैक्टर के। बाकी इंडोफार्म जो ट्रैक्टर है ये काफ़ी वधिया ट्रैक्टर आ, परफॉर्मेंस भी वधिया है इहदी। कई किसान वीर पुछदे ने इंडोफार्म बारे दसो, इंडोफार्म जिहड़ा 30-65 है काफ़ी वधिया, खिचाई भी इहदी वधिया है, 30-55 नालों खिचाई ज़्यादा करता है ट्रैक्टर, तो पावर भी बहुत वधिया लाउंदा ट्रैक्टर। जिहड़ा इहदा इंजन 4087 CC का इंजन है, ये बोर हैगा अपना 105 का बोर आ, स्टोक हैगी 118 की स्टोक आ ट्रैक्टर के। बाकी इहनू गेयर लवाया होया उहदे नाल इहदी पावर वध ही जाती है। बाकी थोड़ी वीडियो किदां दी लगी कमेंट करके जरूर दस्सो। हाँ जी किसान वीर, 30-65 मॉडल आ ये इंडोफार्म, तो ये स्पैशल गेयर लवाया होया। हुण ये गे ट्रैक्टर के पहले हाई च, तो उधरों लो गेयर लाया होया, काफ़ी वधिया परफॉर्मेंस दे रहा जी ट्रैक्टर। तो ये आप टाप च पा के चौथे गेयर च डबल लो भी ला सकते हैं, तो काफ़ी वधिया चलता तूड़ी वाले रीपर से। बाकी